ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਪਿਆਰੇ ਚੈਨਲ ਸਟੱਡੀ ਬਾਰਪਰ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਦੋਸਤੋ ਪੰਜਾਬ ਪੁਲਿਸ ਸਬ ਇੰਸਪੈਕਟਰ ਦੀ ਭਰਤੀ ਆਊਟ ਕੀਤੀ ਗਈ ਸੀ। ਉਸ ਦਾ ਜੋ ਸਕੋਰ ਕਾਰਡ ਚੈੱਕ ਕਰ ਸਕਦੇ ਤੁਸੀਂ ਜੋ ਆਊਟ ਕਰ ਦਿੱਤਾ ਗਿਆ ਹੈ। ਫਾਈਨਲ ਅਨਸਰ ਕੀਤੇ ਬਾਅਦ ਜੋ ਸਕੋਰ ਕਾਰਡ ਆਊਟ ਕੀਤਾ ਗਿਆ। ਕਟੌਫ ਤੁਹਾਡੇ 2022 ਵਿੱਚ ਕਿੰਨੀ ਰਹੇਗੀ ਤਾਂ ਜਲਦੀ ਕਰੋ ਚੈੱਕ ਮੋਬਾਈਲ ਫੋਨ ਤੇ ਕਿਸ ਤਰ੍ਹਾਂ ਚੈੱਕ ਕਰ ਸਕਦੇ ਇਸ ਤਰ੍ਹਾਂ ਕਰੋ ਚੈੱਕ ਤਾਂ ਸਾਰੀ ਜਾਣਕਾਰੀ ਦੇਵਾਂਗੇ ਇਸ ਵੀਡੀਓ ਵਿੱਚ। ਕਿਰਪਾ ਕਰਕੇ ਵੀਡੀਓ ਪੂਰਾ ਜ਼ਰੂਰ ਵੇਖਣਾ ਸਕਿਪ ਨਹੀਂ ਕਰਨਾ। ਕਟੌਫ ਤੁਹਾਡੇ ਕਿੰਨੀ ਰਹੇਗੀ ਤਾਂ ਸਾਰੀ ਜਾਣਕਾਰੀ ਦੇਵਾਂਗੇ ਇਸ ਵੀਡੀਓ ਵਿੱਚ। ਕਿਰਪ ਕਰਦੇ ਆਂ ਅੱਜ ਦੀ ਵੀਡੀਓ ਨੂੰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਜੋ ਮੇਰਾ ਟੈਲੀਗ੍ਰam ਗਰੁੱਪ ਹੈ ਠੀਕ ਹੈ ਜਿਨ੍ਹਾਂ ਨੇ ਜੁਆਇਨ ਨਹੀਂ ਕੀ ਤਾਂ ਜੁਆਇਨ ਜ਼ਰੂਰ ਕਰ ਲਓ ਲਿੰਕ ਮਿਲ ਜੇਗਾ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਕਲਿੱਕ ਕਰਕੇ ਤਾਂ ਤੁਸੀਂ ਜੁਆਇਨ ਕਰ ਸਕਦੇ ਹੋ WhatsApp ਗਰੁੱਪ ਨੂੰ ਜੁਆਇਨ ਕਰ ਲੈਣਾ ਤੇ ਇੱਥੇ ਆਉਣ ਤੋਂ ਬਾਅਦ ਜੋ ਮੈਂ ਪੋਸਟ ਕੀਤੀ ਸੀ ਠੀਕ ਹੈ ਪੰਜਾਬ ਪੁਲਿਸ ਸਬ ਇੰਸਪੈਕਟਰ ਸਕੋਰ ਕਾਰਡ ਆਊਟ ਆ 2021 ਲੋਗ ਇਨ ਤੇ 2022 ਜਿਨ੍ਹਾਂ ਨੇ 2021 ਵਿੱਚ ਲੌਗ ਇਨ ਕਰਕੇ ਅਪਲਾਈ ਕੀਤਾ 2021 ਤੇ ਕਰਨਗੇ 2022 ਵਾਲੇ ਆਪਣੇ 22 ਤੇ ਕਲਿੱਕ ਕਰਨਗੇ ਆਏ ਜੋ ਡਾਇਰੈਕਟ ਮੈਂ ਦੇ ਦਾਂਗਾ ਆਪਣੇ ਜੋ ਲਿੰਕ ਠੀਕ ਹੈ ਵੈਬਸਾਈਟ ਤੇ ਜੋ ਵੀ ਹੈਗੇ ਨੇ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਤੇ ਕਲਿੱਕ ਕਰਕੇ ਤਾਂ ਇਸ ਵੈਬਸਾਈਟ ਤੇ ਆਇਨਾ ਤੇ 2021 ਵਾਲਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਜੋ ਜਾਂ ਤੁਸੀਂ 2022 ਵਿੱਚ ਕੀਤਾ ਜਾਂ 21 ਵਿੱਚ ਜੋ ਵੀ ਤੁਸੀਂ ਕੀਤਾ ਉਸ ਤੇ ਕਲਿੱਕ ਕਰਕੇ ਤਾਂ ਇਸ ਵੈਬਸਾਈਟ ਤੇ ਆਇਨਾ ਤੇ ਸੇਮ ਹੀ ਤੁਹਾਡਾ ਹੋਵੇਗਾ ਪ੍ਰੋਸੈਸ ਠੀਕ ਹੈ ਐਪਲੀਕੇਸ਼ਨ ਨੰਬਰ ਲੌਗਇਨ ਆਈਡੀ ਤੇ ਪਾਸਵਰਡ ਪਾ ਕੇ ਕੈਪਚਾ ਪਰ ਕੇ ਲੌਗਇਨ ਕਰਕੇ ਆਪਣੇ ਜੋ ਸਕੋਰ ਕਾਰਡ ਚੈੱਕ ਕਰ ਸਕਦੇ ਹੋ ਤਾਂ ਇਸ ਤਰ੍ਹਾਂ ਤੁਸੀਂ ਜੋ ਆਪਣੇ ਚੈੱਕ ਕਰ ਸਕਦੇ ਸਕੋਰ ਕਾਰਡ ਤੁਹਾਡੇ ਕਿੰਨੇ ਨੰਬਰ ਆਏ ਨੇ ਠੀਕ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਟੌਫ ਦੀ ਤਾਂ ਕਟੌਫ ਤੁਹਾਨੂੰ ਤਾਂ ਹੀ ਦੱਸ ਪਾਵਾਂਗਾ ਜੇਕਰ ਤੁਸੀਂ ਕਮੈਂਟ ਆਪਣੇ ਜੋ ਨੰਬਰ ਕਮੈਂਟ ਕਰੋਗੇ ਮੈਂ ਜੋ ਕਮਿਊਨਿਟੀ ਟਾਈ ਵਿੱਚ ਪੋਸਟ ਪਾ ਦਾਂਗਾ ਠੀਕ ਉਸ ਤੇ ਤੁਹਾਡੇ ਜੋ ਨੰਬਰ ਹੋਣਗੇ ਜਿਵੇਂ ਕਈਆਂ ਨੂੰ ਮੈਂ ਲਿਖ ਦਾਂਗਾ ਉੱਤੇ ਪਲੱਸ ਆਪਣੇ 500 ਪਲੱਸ ਕਈਆਂ ਦੇ ਜਾਂ 600 ਪਲੱਸ ਜਾਂ 700 ਪਲੱਸ ਜਿੰਨੇ ਵੀ ਤੁਹਾਡੇ ਨੰਬਰ ਆਏ 400 ਪਲੱਸ ਕਿੰਨੇ ਵੀ ਤੁਹਾਡੇ ਨੰਬਰ ਆਏ ਠੀਕ ਅਕੋਰਡਿੰਗ ਜੋ ਵੀ ਮੈਂ ਪੋਸਟ ਕਰਾਂਗਾ ਵੋਟ ਤੁਸੀਂ ਆਪਣਾ ਕਰ ਜਰੂਰ ਕਰਨਾ ਉਸ ਅਕੋਰਡਿੰਗ ਤੁਹਾਨੂੰ ਨੈਕਸਟ ਵੀਡੀਓ ਦੱਸਾਂਗਾ ਤੁਹਾਡੀ ਕਟੌਫ ਕਿੰਨੀ ਜਾਵੇਗੀ ਦੱਸਾਂਗਾ ਤੁਹਾਨੂੰ ਕਟੌਫ ਤੁਹਾਡੀ ਕਿੰਨੀ ਜਾਵੇਗੀ ਠੀਕ ਕਿੰਨੀ ਕਟੌਫ ਰਹਿ ਸਕਦੀ ਜਰਨਲ ਬੀਸੀਐਸਸੀ ਈਐਸਐਮ ਠੀਕ ਹੈ ਕਟੌਫ ਤੁਹਾਡੀ ਕਿੰਨੀ ਰਹਿ ਸਕਦੀ ਹੈ ਫੀਮੇਲ ਕੈਂਡੀਡੇਟ ਦੀ ਮੇਲ ਕੈਂਡੀਡੇਟ ਦੀ ਅਲੱਗ-ਅਲੱਗ ਤੁਹਾਨੂੰ ਦੱਸਾਂਗਾ ਤਾਂ ਕਮੈਂਟ ਟਾਈ ਵਿੱਚ ਮੈਂ ਪੋਸਟ ਪਾ ਦਿੰਨਾ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਵੋਟ ਜ਼ਰੂਰ ਕਰਨਾ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੁਹਾਡੇ ਕਿੰਨੇ ਨੰਬਰ ਆਏ ਨੇ ਉਸ ਤੋਂ ਬਾਅਦ ਆਪਾਂ ਕਟੌਫ ਦੀ ਨੈਕਸਟ ਵੀਡੀਓ ਤੁਹਾਨੂੰ ਜੋ ਸਾਰੀ ਡਿਟੇਲ ਵਾਈਜ਼ ਦੱਸਾਂਗੇ ਤੇ ਜਾਣਕਾਰ ਸੇ ਅਪਡੇਟਸ ਤੁਹਾਡੇ ਨਾਲ ਜਾਣਕਾਰੀ ਸਾਂਝਾ ਕਰਨਾ ਚਾਹੁੰਦਾ ਤਾਂ ਇਸ ਤਰ੍ਹਾਂ ਤੁਸੀਂ ਆਪਣੇ ਜੋ ਸਕੋਰ ਕਾਰਡ ਚੈੱਕ ਕਰ ਸਕਦੇ ਹੋ ਤਾਂ ਆਪਣੇ ਨੰਬਰ ਜਰੂਰ ਦੱਸਣਾ ਤੁਹਾਡੇ ਕਿੰਨੇ ਨੰਬਰ ਆਏ ਕਮੈਂਟ ਬਾਕਸ ਵਿੱਚ ਤੇ ਵੋਟ ਵੀ ਜਰੂਰ ਕਰਨਾ ਤੇ ਜਾਣਕਾਰ ਸੇ ਅਪਡੇਟਸ ਤੁਹਾਡੀ ਜਾਣਕਾਰੀ ਸਾਂਝਾ ਕਰਨਾ ਚਾਹੁੰਦਾ ਸੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ